ਪਾਣੀ ਪਰ ਸਾਫ ਬਹੁਤ ਹੈ ਪਾਣੀ ਸਾਫ ਬਹੁਤ ਹੈ ਇਹ ਇਸ ਟਾਈਮ ਹੁਣ ਇਨ ਲੈਂਡ ਆਫ ਲਾਮਾ ਡੋ ਨਾਟ ਬੀ ਗਾਮਾ Sometimes a disaster, sometimes we're free. Oh, you take the long way to stay close to me. I don't want another, I just wanna breathe. You take me higher, you stay close to me. ਇੱਥੇ ਦਾ ਵਿਊ ਆ ਕੁਛ ਇੱਦਾਂ ਦਾ ਵਿਲੇਜ ਤਾਂ ਗੀ ਵਿਲੇਜ ਤਾਂ ਪਹੁੰਚ ਗਏ ਆਪਾਂ ਅਤੇ ਬੜੇ ਸੋਹਣੇ ਆ ਪੱਤੇ ਜੇ ਹੁਣ ਦਿਖਾਉਣੇ ਆਪਾਂ ਕਿੱਥੋਂ ਆਏ ਸੀ ਉੱਥੋਂ ਸ਼ੁਰੂਆਤ ਕੀਤੀ ਸੀ ਆਪਾਂ ਇੱਕ ਮਿੰਟ ਇਹ ਇੱਥੋਂ ਇੱਥੋਂ ਹੁੰਦੇ ਹੋਏ ਇੱਧਰ ਦੀ ਥੱਲੋਂ ਦੀ ਆ ਕੇ ਆਹ ਰੋਡ ਆ ਕੇ ਆਹ ਤਾਂ ਚੜ੍ਹ ਕੇ ਫਿਰ ਉੱਥੋਂ ਹੀ ਥੱਲੋਂ ਦੀ ਆ ਕੇ ਇੱਥੋਂ ਫਿਰ ਐਂ ਮੁੜ ਕੇ ਉੱਥੋਂ ਜਾ ਕੇ ਉੱਥੋਂ ਐਂ ਫਿਰ ਮੁੜ ਕੇ ਆਹ ਰੋਡ ਸਾਰਾ ਇੱਥੋਂ ਦੀ ਐਂ ਹੋ ਕੇ ਉੱਧਰ ਇੱਧਰ ਆਏ ਆਪਾਂ ਅਤੇ ਆਹ ਸਾਰਾ ਹੈਗਾ ਮੰਜ਼ਰ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਪੂਰੇ ਸੱਪਾਂ ਵਾਲੇ ਰੋਡ ਹੈ ਅਤੇ ਬਸ ਹੁਣ ਇਦੋਂ ਬਾਅਦ ਸਿੱਧਾ ਜਾਣਾ ਉੱਪਰ ਅਤੇ ਮੌਸਮ ਖਰਾਬ ਹੋ ਰਿਹਾ ਕਾਫੀ ਸੂਰਜ ਦਿਖਦਾ ਰਿਹਾ ਬਟ ਮਾੜਾ ਮੋਟਾ ਆ ਬੱਦਲਬਾਜ਼ੀ ਕਾਫੀ ਹੋਈ ਵੀ ਆ ਅਤੇ ਉਹ ਰਿਵਰ ਸੀ ਜਿਹੜਾ ਤੁਸੀਂ ਪਿੱਛੇ ਫੋਟੋਆਂ ਦੇਖੀਆਂ ਸੀ ਇੱਧਰ ਆਪਣੀ ਗੱਡੀ ਖੜ੍ਹੀ ਹੈ ਅਤੇ ਇੱਧਰ ਆਪਾਂ ਖੜ੍ਹੇ ਹਾਂ ਠੀਕ ਸੀ ਹੁਣ ਤੱਕ ਟ੍ਰਿਪ ਬਹੁਤ ਵਧੀਆ ਰਿਹਾ ਅਤੇ ਹੋਪ ਸੋ ਅੱਗੇ ਵੀ ਬਹੁਤ ਵਧੀਆ ਰਹੂਗਾ ਕਿਵੇਂ ਫਿਰ ਨਜ਼ਾਰੇ ਕੀ ਕਹਿਣਾ ਚਾਹੋਗੇ ਬਹੁਤ ਹੀ ਖੂਬਸੂਰਤ ਇਟਸ ਅ ਫਲਾ ਫਸਟ ਕਲਾਸ ਵੈਰੀ ਅਮੇਜ਼ਿੰਗ ਵੈਰੀ ਅਮੇਜ਼ਿੰਗ ਕੀ ਬਾਤ ਹੈ ਉੱਪਰ ਸੂਰਜ ਦਿਖ ਰਿਹਾ ਹਲਕਾ ਹਾਂ ਹਲਕਾ ਹਲਕਾ ਦਿਖ ਰਿਹਾ ਵੈਸੇ ਜੇ ਬੱਦਲ ਜੇ ਹਟੇ ਧੁੱਪ ਤਾਂ ਬਹੁਤ ਵਧੀਆ ਨਿਕਲੇ ਹੋਊਗੀ ਪਰ ਦੇਖੋ ਚਲੋ ਮਿਲਦੇ ਹਾਂ ਅੱਗੇ ਜਾ ਕੇ ਆਪਾਂ ਬਸ ਅੱਜ ਨਾਕੋ ਜਾਣਾ ਅਤੇ ਨਾਕੋ ਇੱਥੋਂ ਰਹਿ ਗਿਆ 35-36 ਕਿਲੋਮੀਟਰ ਰਹਿ ਗਿਆ ਅਤੇ ਮਿਲਦੇ ਹਾਂ ਫਿਰ ਆਪਾਂ ਨਾਕੋ ਜਾ ਕੇ ਅਤੇ ਬੀ ਆਰ ਓ ਦੇ ਜਿਹੜੇ ਬੋਰਡ ਕਹਿੰਦਾ ਸੀ ਮੈਂ ਉਹ ਬੋਰਡ ਲੱਗੇ ਹੁੰਦੇ ਆ ਸਾਰੇ ਕਿਤੇ ਬੀ ਆਰ ਓ ਦੇ ਬੋਰਡ ਵਿਦ ਮੈਸੀ ਲੱਗੇ ਹੁੰਦੇ ਆ ਕਿਆ ਬਾਈ ਸਲਿਊਟ ਆ ਬਾਈ ਜਿਹੜੇ ਇੱਥੇ ਕੰਮ ਕਰਦੇ ਆ ਧੰਨ ਹੈ ਆਪਣੇ ਅਰਗੇ ਤੋਂ ਪਲੇਨ ਏਰੀਏ 'ਚ ਨਹੀਂ ਕੰਮ ਹੁੰਦਾ ਅਤੇ ਐਂ ਲਾ ਲਓ ਵੀ ਹਰ 2-4 ਕਿਲੋਮੀਟਰ 'ਤੇ ਕੋਈ ਨਾ ਕੋਈ ਰੋਡ 'ਤੇ ਵਰਕ ਕਰ ਹੀ ਰਿਹਾ ਜੋ ਕਿ ਸਾਰੇ ਵੀ ਆਰ ਓ ਦੇ ਹੀ ਬੰਦੇ ਆ ਅਤੇ ਨਾਕੋ ਰਹਿ ਗਿਆ ਆਪਣਾ 12 ਕਿਲੋਮੀਟਰ ਅਤੇ ਲੈਫਟ 'ਤੇ ਤੁਸੀਂ ਜਿਹੜੀਆਂ ਪਹਾੜੀਆਂ ਦੇਖ ਰਹੇ ਰੋਡ ਦੇਖ ਰਹੇ ਆਪਾਂ ਉਹਨਾਂ 'ਤੇ ਜਾਣਾ ਕੈਮਰੇ 'ਚ ਪਤਾ ਨਹੀਂ ਦੇਖ ਰਿਹਾ ਕਿ ਨਹੀਂ ਰੋਡ ਆਹ ਦੇਖੋ ਮਤਲਬ ਰੋਡ ਨੂੰ ਸਾਫ਼ ਕਰਨ 'ਤੇ ਵੀ ਲੱਗੇ ਹੋਏ ਆ ਦੇਖੋ ਤੁਸੀਂ ਸਾਫ਼ ਹੀ ਹੈ ਹੈ ਹੀ ਨਹੀਂ ਪੂਰਾ ਸਾਫ਼ ਹੀ ਹੈ ਇੱਦੋਂ ਸਾਫ਼ ਕੀ ਹੋਊਗਾ ਇੰਨਾ ਮਤਲਬ ਕਿ ਡੈਡੀਕੇਸ਼ਨ ਬੰਦਿਆਂ 'ਚ ਪੂਰੀ ਨਾਲੇ ਇੰਨੀ ਠੰਡ 'ਚ ਇੰਨੀ ਠੰਡ ਹੈ ਠੰਡ ਬਹੁਤ ਹੈ ਬਹੁਤ ਠੰਡ ਹੈ ਸੋਹਣਾ ਵਧੀਆ ਕਿੰਨੇ ਵਾਰੀ ਕਹਿਤਾ ਹੋਊਗਾ ਅਤੇ ਸੁਣ ਲਿਓ ਇਹ ਤਾਂ ਹੁਣ ਚੱਲੀ ਜਾਊਗਾ ਕਿਉਂਕਿ ਦੇਖੋ ਪਤਾ ਕੀ ਹੁੰਦਾ ਜਿੰਨਾ ਟਾਈਮ ਤੁਸੀਂ ਆਪ ਨਹੀਂ ਨਾ ਆਉਂਦੇ ਇੱਥੇ ਮਤਲਬ ਅੱਖਾਂ ਨਾਲ ਨਹੀਂ ਦੇਖਦੇ ਤੁਹਾਨੂੰ ਉਹਨਾਂ ਵੀਡੀਓ 'ਚ ਨਹੀਂ ਪਤਾ ਲੱਗਦਾ ਹੈ ਨਾ ਵੀਡੀਓ 'ਚ ਉਨੀ ਇਹ ਕੈਪਚਰ ਨਹੀਂ ਕਰ ਸਕਦੇ ਸ਼ਮਤਾ ਨਹੀਂ ਹੁੰਦੀ ਜੋ ਆਪਾਂ ਇੱਕ ਆਪਣੀ ਅੱਖ ਨਾਲ ਦੇਖ ਸਕਦੇ ਹਾਂ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਬਟ ਇੱਕ ਆਈਡੀਆ ਜਿਹਾ ਹੋ ਜਾਂਦਾ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਵੀ ਕਿੱਦਾਂ ਦਾ ਕੀ ਵਿਊ ਆ ਕੀ ਰੋਡ ਆ ਕੀ ਸਾਰਾ ਉਸ ਨੂੰ ਆਈਡੀਆ ਹੋ ਜਾਂਦਾ ਪਰ ਜੋ ਅਹਿਸਾਸ ਹੈ ਹਾਂ ਅਸਲੀ ਮਨ ਦਾ ਜੋ ਅਹਿਸਾਸ ਹੈ ਜੋ ਫੀਲਿੰਗ ਹੈ ਉਹ ਆ ਕੇ ਹੀ ਪਤਾ ਚੱਲਦੀ ਹੈ ਉਹ ਇੱਥੇ ਆ ਕੇ ਅਹਿਸਾਸ ਹੁੰਦਾ ਕੁਦਰਤ ਦਾ ਅਹਿਸਾਸ ਉੱਥੇ ਜਾ ਕੇ ਹੁੰਦਾ ਜਿਹੜੀ ਉਹ ਜਗ੍ਹਾ ਹੁੰਦੀ ਹੈ ਮਲਿੰਗ ਨਾਲਾ ਆ ਗਿਆ ਜੀ ਮਲਿੰਗ ਨਾਲਾ ਇਹ ਬਹੁਤ ਹੀ ਖਤਰਨਾਕ ਹੁਣ ਤਾਂ ਇੱਥੇ ਬੀ ਆਰ ਓ ਨੇ ਸੜਕ ਬਣਾ ਕੇ ਬਹੁਤ ਅੱਛਾ ਕਰ ਦਿੱਤਾ ਇਹ ਮੇਰੇ ਖਿਆਲ 'ਚ ਇਹਨਾਂ ਨੇ ਇਸ ਵਾਰ ਕੀਤਾ ਹੈਗਾ ਹੁਣੀ ਹੁਣੀ ਹੋਇਆ ਕੁਛ ਟਾਈਮ ਹੀ ਹੋਇਆ ਤਾਜ਼ਾ ਤਾਜ਼ਾ ਹੀ ਹੈ ਨਹੀਂ ਤਾਂ ਇਹ ਬਹੁਤ ਖਤਰਨਾਕ ਮੰਨਿਆ ਜਾਂਦਾ ਹਰ ਵਾਰ ਟੁੱਟ ਜਾਂਦਾ ਹੈ ਲੈਂਡਸਲਾਈਡ ਏਰੀਆ ਨਹੀਂ ਬਣਿਆ ਨਹੀਂ ਇੰਨਾ ਏਰੀਆ ਇੱਥੋਂ ਇਹ ਸਾਰਾ ਲੈਂਡਸਲਾਈਡ ਏਰੀਆ ਹਰ ਸਾਲ ਸੜਕ ਟੁੱਟ ਜਾਂਦੀ ਹੈ ਥੱਲੋਂ ਦੀ ਕਰਤਾ ਹੁਣ ਨਹੀਂ ਤਾਂ ਹਾਂ ਪਾਣੀ ਪਰ ਸਾਫ਼ ਬਹੁਤ ਆ ਪਾਣੀ ਸਾਫ਼ ਬਹੁਤ ਹੈ ਇਹ ਇਸ ਟਾਈਮ ਹੁਣ ਸੀਜ਼ਨ ਚਲਾ ਗਿਆ ਮੌਨਸੂਨ ਨਹੀਂ ਤਾਂ ਇਹਦਾ ਇੰਨਾ ਬਹਾਵ ਹੁੰਦਾ
ਬਹੁਤ ਪ੍ਰੈਸ਼ਰਾਈਜ਼ਡ ਹੁੰਦਾ ਪਾਣੀ ਦਾ ਬਹੁਤ ਫਲੋ ਦੇ ਨਾਲ ਆ ਰਿਹਾ ਹੁੰਦਾ ਕੰਮ ਚੱਲ ਰਿਹਾ ਇਹਨਾਂ ਨੇ ਮੈਨੂੰ ਲੱਗਦਾ ਇਹ ਤੁਹਾਨੂੰ ਸੜਕ ਨੂੰ ਪੂਰਾ ਕਰਕੇ ਕੱਢਣਗੇ ਉਹ ਉੱਥੋਂ ਸੜਕ ਖਰਾਬ ਹੁੰਦੀ ਉਹ ਉਸ ਮੋੜ 'ਤੇ ਇੱਦਾਂ ਰੋਡ ਖਰਾਬ ਮਤਲਬ ਹਾਂ ਇਹ ਕੁਛ ਹੁਣ ਦੂਰ ਤੱਕ ਰੋਡ ਖਰਾਬ ਹੈ ਇਹ ਸਾਰਾ ਲੈਂਡ ਸਲਾਈਡ ਜੂਨ ਏਰੀਆ ਪੱਥਰ ਕਰਦੀ ਰਹਿੰਦੇ ਆ ਇੱਥੇ ਹੁਣ ਤਾਂ ਸਾਰਾ ਬਣਿਆ ਵਾ ਇਹ ਫਿਰ ਏਰੀਆ ਇਹਨਾਂ ਨੇ ਪਹਿਲਾਂ ਜਦ ਛੱਡ ਲਿਆ ਹੁਣ ਜੇ ਬਣਾਇਆ ਹੁਣ ਢਹਿ ਗਿਆ ਹੋਣਾ ਕਿਉਂਕਿ ਲੈਂਡ ਸਲਾਈਡ ਇਹ ਜ਼ਿਆਦਾ ਹੁੰਦੀ ਆ ਏਰੀਏ 'ਚ ਪੂਰੇ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਬਾਈ ਦੇਖਾ ਜੀ ਆਪਾਂ ਨੂੰ ਘੱਟੋ ਘੱਟ 10 ਵਾਰ ਤੋਂ ਜ਼ਿਆਦਾ ਤਾਂ ਹੋ ਹੀ ਗਿਆ ਹਾਂ ਜਿੱਥੇ ਕੰਮ ਚੱਲ ਰਿਹਾ ਫਿਰ ਹੀ ਬਣਦਾ ਰੋਡ ਨਾ ਇਹਨਾਂ ਨੂੰ ਮਤਲਬ ਟੀਮਾਂ ਲੱਗੀਆਂ ਹਾਂ ਵੀ ਟੀਮ ਵੰਡ ਦਿੰਦੇ ਆ ਇਹ ਵੀ ਜਿਹੜੇ ਮਤਲਬ ਜਿਹੜੇ ਪਹਾੜ ਮਤਲਬ ਵੀ ਜਿੱਥੋਂ ਕੱਚੀ ਹੈ ਰੋਡ ਉਹ ਤੁਸੀਂ ਆਪਦੀ ਕੰਪਲੀਟ ਕਰ ਲਓ ਹਨਾ 2 ਮਿੰਟ ਰੁਕੇ ਸੀ ਇੱਥੇ ਅਤੇ ਜਿਹੜਾ ਸ਼ੋਟ ਦੇਖਿਆ ਸੀ ਗੋਪਰੋ ਉਤਾਰਨ ਅਤੇ ਆਹ ਪਹਾੜਾਂ ਦੀ ਗੱਲ ਕਰਦਾ ਸੀ ਜਿਹੜੇ ਤੁਹਾਨੂੰ ਲੈਫਟ ਸਾਈਡ ਦੇਖ ਰਹੇ ਆ ਅਤੇ ਦੇਖੋ ਹੋ ਰਹੀ ਆ ਨਾ ਲੱਗ ਜੀ ਇਹ ਆਪਣੇ ਤੁਸੀਂ ਜੇ ਕਿਸੇ ਨੇ ਵੀਡੀਓ ਵੀਡੀਓ ਵੇਖੀ ਹੋਣ ਲੇਹ 'ਚ ਹੈ ਲੇਹ 'ਚ ਆਪਾਂ ਕੈਪਚਰ ਕੀਤੇ ਹੋਏ ਸੇਮ ਡਿਟੋ ਇੱਥੇ ਆ ਅਤੇ ਕਰ ਲਓ ਇਹਨਾਂ ਦੀ ਫੋਟੋ ਤਾਂ ਬਸ ਜਿੱਥੇ ਕੈਂਪ ਲਾਵਾਂ ਨੈਟਵਰਕ ਹੋ ਗਿਆ ਉੱਥੇ ਪਾਉਣੇ ਜਾ ਕੇ 2-4 ਲਓ ਵੀ ਰੋਡ ਹੁਣ ਥੋੜ੍ਹਾ ਜਿਹਾ ਕੱਚਾ ਸ਼ੁਰੂ ਹੋ ਗਿਆ ਅਤੇ ਉਹ ਜਾਂਦਾ ਇੱਕ ਗੁਰਦਾਸਪੁਰੀ ਮਿੱਟੀ ਠਾਉਂਦਾ ਸਿਟੀ ਕਿਆ ਬਾਤ ਹੈ ਕਿਆ ਨਹੀਂ ਜਾਣੀ ਹੈ ਨਾ ਆਹ ਬੱਦਲਵਾਈ ਹੋਈ ਪਈ ਹੈ ਉਹਦੇ ਉੱਤੇ ਬੱਦਲ ਹੈ ਥੱਲੇ ਛੋਟਾ ਜਿਹਾ ਇੱਕ ਕੋਈ ਸ਼ਹਿਰ ਹੈ ਵਿਲੇਜ ਹੈ ਆਹ ਰੋਡ ਜਾਂਦਾ ਜਿੱਧਰ ਉਹ ਮਸ਼ਹੂਰ ਮੰਮੀ ਕਿੰਨੀ ਪੁਰਾਣੀ ਹੈ ਤਾਂ ਜਾ ਕੇ ਪਤਾ ਲੱਗੂਗਾ ਜਿਹੜੀ ਪਈ ਹੈ ਦੇਖ ਕੇ ਉਹਨੇ ਕਿੰਨੇ ਕਿਲੋਮੀਟਰ ਹੈ ਇਹ ਹੈਗੀ ਹੈ 500 ਸਾਲ ਪੁਰਾਣੀ ਹੈ ਅਤੇ ਮੈਪ 'ਤੇ ਤਾਂ ਇਹ ਨਹੀਂ ਹੈ ਰੂਟ ਨਾਲ ਬਹੁਤ ਸਾਫ਼ ਪਾਣੀ ਦਾ ਨਿੱਕਾ ਜਿਹਾ ਦਰਿਆ ਵਗਦਾ ਨਿੱਕਾ ਜਿਹਾ ਨਾਲਾ ਤਾਂ ਨਹੀਂ ਕਹਿ ਸਕਦੇ ਨਾਲਾ ਤਾਂ ਗੰਦਾ ਹੁੰਦਾ ਕਿੰਨੇ ਕਿਲੋਮੀਟਰ ਹੈ ਨੈਟਵਰਕ ਹੈਗਾ ਲਓ ਜੀ ਵਿਲੇਜ ਤਾਂ ਗੀ ਵਿਲੇਜ ਤਾਂ ਪਹੁੰਚ ਗਏ ਆਪਾਂ ਅਤੇ ਬੜੇ ਸੋਹਣੇ ਆ ਪੱਤੇ ਜੇ ਗੀ ਵਿਲੇਜ 0 ਕਿਲੋਮੀਟਰ ਅਤੇ ਹੁਣ ਦੇਖਦੇ ਹਾਂ ਇੱਥੇ ਕਰਦੇ ਹਾਂ ਕੋਈ ਸੈਟਿੰਗ ਵੈਟਿੰਗ ਨੈਟਵਰਕ ਹੈ ਨਹੀਂ ਹੈ ਇੱਥੇ ਜੀਰੋ ਨੈਟਵਰਕ ਦੁਨੀਆ ਤੋਂ ਦੂਰ ਆ ਚੁੱਕੇ ਆ ਉਹ ਉੱਪਰ ਹੈ ਵੀਡੀਓ ਮੰਮੀ ਆ ਉੱਪਰ ਹੈ ਚਲੋ ਗੱਡੀ ਦੇਖੀ ਟੂਰਿਸਟ ਦੀ ਉਹ ਆਉਂਦੀ ਰਸਤਾ ਪੂਰਾ ਪੂਰਾ ਜਾਂਦਾ ਪੂਰਾ ਪੂਰਾ ਰਸਤਾ ਇਹ ਖੜੀ ਆਪਣੀ ਗੱਡੀ ਇੱਧਰ ਅਤੇ ਆਹ ਆਪਾਂ ਟੈਂਟ ਲਾ ਲਿਆ ਬਸ ਆਲ ਸੈੱਟ ਹੈ ਇੱਧਰ ਆਪਣੇ ਪਏ ਸਾਰੇ ਭਾਂਡੇ